अक्सर चर्चा छिड़ती रहती है कि पाकिस्तान च घट गिनतियां नूं मौके नहीं मिलते हैं, मेन स्ट्रीम च नहीं अगे आते हैं, पर पाकिस्तान दे एक चैनल ने हुण एक सिख नूं अपना एंकर बनाया। उन्होंने उत्थे एक सिख जिहड़ा है पहली बार पाकिस्तान च पाकिस्तान दीआं खबरां दुनिया भर च सुनाएगा। इस वेले साडे नाल पाकिस्तान तो सीधे हरमीत सिंह जो पब्लिक न्यूज़ लई उत्थों हुण एंकरिंग करना शुरू कर रहे हैं और साडे नाल अज दैनिक सवेरा नाल जुड़े हुए हैं। हरमीत सिंह जी, तुहाडा दैनिक सवेरा ते बहुत बहुत स्वागत है। जी जी, बहुत बहुत शुक्रिया आपका, बहुत शुक्रिया, थैंक यू सो मच आपने मुझे जी। तुहाडी चर्चा हो रही है अज पूरी दुनिया च कि पाकिस्तान च पहला सिख जिहड़ा है वह हुण खबरां पड़ेगा, एंकर बनेगा। पहले सिख हो तुसी जो हुण मेन स्ट्रीम ते आ गए, जर्नलिज्म च तुसी एक वड्डा मुकाम हासिल किया, किवें दा लग रहा है? सर जी, बहुत वधिया लगता जदों अपनी कौम दा कोई बंदा इन्नी वड्डी जगह पहुंच जांदा, तो वधिया ही लगता, बहुत चंगा लगता कि यार कि साड़ी कौम दे या पाकिस्तान नूं असीं रिप्रेजेंट करदे आ, तां जिहड़ा पाकिस्तान दा जिहड़ा इमेज आ, असीं साड़ी कोशिश इह होंदी आ कि असीं नूं पॉजिटिव तरीके ते पूरी दुनिया विच सॉफ्ट इमेज जिहड़ा पाकिस्तान दा उह शो करां। इह तां बाबा गुरु नानक जी दी धरती है ते सानूं साडा फर्ज ही बनदा कि बाबा जी दी धरती दा नां जिहड़ा पूरी दुनिया विच उस दा जिहड़ा इमेज उह चंगा ही रहे। हरमीत सिंह जी, एक मीडिया जिहड़ा है उह काफ़ी स्ट्रोंग पिलर मन्निया जांदा है हर एक देश विच, ਤੁਸੀਂ ਮੇਨ ਸਟ੍ਰੀਮ 'ਚ ਆ ਕੇ ਹੁਣ ਐਂਕਰਿੰਗ ਕਰ ਰਹੇ ਹੋ, ਇੱਕ ਵਧੀਆ ਮੁਕਾਮ ਹਾਸਿਲ ਕਰ ਰਹੇ ਹੋ ਜਰਨਲਿਜ਼ਮ 'ਚ ਆ ਕੇ, ਸਿੱਖਾਂ ਪ੍ਰਤੀ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਜੋ ਪਾਕਿਸਤਾਨ 'ਚ ਸਿੱਖ ਬੈਠੇ ਹੋਏ ਨੇ ਉਹਨਾਂ ਵਾਸਤੇ ਹਰਮੀਤ ਸਿੰਘ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਦੀ ਜਰਨਲਿਜ਼ਮ ਕਰਨਗੇ ਕਿ ਤਾਂ ਕਿ ਜੋ ਉੱਥੇ ਦੇ ਸਿੱਖ ਨੇ ਉਹਨਾਂ ਨੂੰ ਫਾਇਦਾ ਪਹੁੰਚੇ? ਮੇਰੀ ਕੋਸ਼ਿਸ਼ ਤਾਂ ਪਹਿਲੇ ਤੋਂ ਵੀ ਇਹ ਰਹੀ ਹੈ, ਜਿੱਥੇ ਮੈਂ ਹਮੇਸ਼ਾ ਮੈਂ ਐਜ਼ ਅ ਕਾਲਮਿਸਟ ਵੀ ਮੈਂ ਲਿਖਦਾ ਰਿਹਾ ਕਈ ਅਖਬਾਰਾਂ ਵਿੱਚ, ਤਾਂ ਮੇਰੀ ਕੋਸ਼ਿਸ਼ ਪਹਿਲੇ ਤੋਂ ਇਹ ਰਹੀ ਹੈ ਕਿ ਮੈਂ ਸਾਡੇ ਸਿੱਖਾਂ ਦੇ ਜਿਹੜੇ ਮਸਾਇਲ ਹਨ, ਸਿੱਖਾਂ ਤੋਂ ਇਲਾਵਾ ਜਿਹੜੇ ਮਿਨੋਰਟੀਜ਼ ਦੇ ਹਵਾਲੇ ਦੀ ਗੱਲ ਅਗਰ ਮੈਂ ਕਰਾਂ, ਕ੍ਰਿਸਚਨ ਕਮਿਊਨਿਟੀ ਹੋ ਗਈ ਸਾਡੀ, ਹਿੰਦੂ ਕਮਿਊਨਿਟੀ ਹੋ ਗਈ, ਦੀਗਰ ਜਿਹੜੀਆਂ ਕਮਿਊਨਿਟੀਜ਼ ਹਨ, ਤੇ ਉਹਨਾਂ ਦੇ ਜਿਹੜੇ ਮਸਾਇਲ ਹਨ ਉਹ ਮੈਂ ਮੀਡੀਆ ਦੇ ਪਲੇਟਫਾਰਮ ਦੇ ਜ਼ਰੀਏ ਮੈਂ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼, ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਉਹਨਾਂ ਨੂੰ ਲੈ ਕੇ ਆਵਾਂ, ਉਜਾਗਰ ਕਰੋ ਮਸਾਇਲਾਂ ਨੂੰ, ਤੇ ਅੱਗੇ ਸਾਡੀ ਕੋਸ਼ਿਸ਼ ਹੈ ਕਿ ਉਹ ਇਸੀ ਮੀਡੀਆ ਦੇ ਰਾਹੀਂ ਉਹ ਹਾਲ ਹੋ ਜਾਣ। ਕਿਹੜੇ ਕਿਹੜੇ ਮਸਲੇ ਸਿੱਖਾਂ ਦੇ ਪ੍ਰਮੁੱਖ, ਆਪਾਂ ਮਿਨੋਰਟੀਜ਼ ਦੀ ਗੱਲ ਕਰੀਏ, ਕਿਹੜੇ ਕਿਹੜੇ ਮਸਲੇ ਨੇ ਜਿਹੜੇ ਜ਼ਿਆਦਾਤਰ ਸਿੱਖਾਂ ਨੂੰ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਿਹਨੂੰ ਤੁਸੀਂ ਕੋਸ਼ਿਸ਼ ਕਰੋਗੇ ਕਿ ਤੁਹਾਡੇ ਜ਼ਰੀਏ ਨਾਲ ਉਹ ਮੁਸ਼ਕਲਾਂ ਜਿਹੜੀਆਂ ਨੇ ਉਹ ਆਸਾਨ ਹੋ ਸਕਣ? ਪਹਿਲੀ ਗੱਲ ਤਾਂ ਇਹ ਹੈ ਕਿ ਫਿਲਹਾਲ ਮੈਂ ਅਗਰ ਇਹ ਗੱਲ ਦੱਸਾਂ ਤੁਹਾਨੂੰ ਕਿ ਯਾਰ ਕੋਈ ਮਸਲਾ ਹੈ ਨਹੀਂ, ਮਸਲੇ ਤਾਂ ਹਰ ਹੀ, ਅਗਰ ਤੁਸੀਂ ਇੰਡੀਆ ਵਿੱਚ ਵੇਖੋ ਤਾਂ ਉੱਥੇ ਵੀ ਹੈਗਾ, ਹਰ ਜਗ੍ਹਾ ਵਿੱਚ ਮਿਨੋਰਟੀਜ਼ ਦੇ ਹਵਾਲੇ ਤੋਂ ਅਗਰ ਅਸੀਂ ਗੱਲ ਕਰੇ, ਦੁਨੀਆ ਦੇ ਹਰ ਜਗ੍ਹਾ ਵਿੱਚ ਮਸਲੇ ਰਹਿੰਦੇ ਨੇ, ਲੇਕਿਨ ਜਿਹੜੇ ਮੇਨ ਮਸਲੇ ਹਨ ਕਿ ਸਾੜੀ ਜਿਹੜੀ ਸਕੂਲ ਦਾ ਸਿਸਟਮ ਹੈ ਥੋੜਾ ਘੱਟ ਹੀ ਆ, ਗੁਰਮੁਖੀ ਦੇ ਸਕੂਲ ਹੋ ਗਏ ਸਾਡੀ, ਜਿਹੜੇ ਅਸੀਂ ਕੋਸ਼ਿਸ਼ ਆਪਣੀ ਤਰਫ ਦੀ, ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿਹੜੇ ਸਾਡੇ ਗਿਆਨੀ ਜੀ ਹਨ ਉਹਨਾਂ ਦੇ ਪਾਸੇ ਕੋਸ਼ਿਸ਼, ਪਰ ਮੇਰੀ ਕੋਸ਼ਿਸ਼ ਹੈ ਕਿ ਗਵਰਨਮੈਂਟ ਦੇ ਲੈਵਲ 'ਤੇ ਵੀ ਆਪਾਂ ਗੱਲ ਕਰੀਏ ਕਿ ਸਾਡੇ ਜਿਹੜੇ ਬੱਚੇ ਹਨ ਜਾਂ ਸਾਡੀ ਜਿਹੜੀ ਨਈ ਨਸਲ ਆਉਣ ਵਾਲੀ ਹੈ ਉਹਨਾਂ ਨੂੰ ਆਪਾਂ ਗੁਰਮੁਖੀ ਸਿਖਾਈਏ, ਗੁਰੂ ਦੇ ਰਾਹੀਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ। ਇਹ ਇੱਕ ਮੇਰੇ ਖਿਆਲ 'ਤੇ, ਕਿਉਂਕਿ ਮੈਂ ਜਿਹੜੀ ਜਗ੍ਹਾ ਤੋਂ ਬਿਲੋਂਗ ਕਰਦਾ ਉੱਥੇ ਬਹੁਤ ਤਕਰੀਬਨ ਪਹਿਲੇ ਤਾਂ ਬੜੇ ਸਿੱਖ ਸਨ, ਲੇਕਿਨ ਹਾਲੇ ਦੋ ਰਹਿ ਗਏ ਸਨ, 10-12 ਘਰ ਹੀ ਰਹਿ ਗਏ ਸਨ ਸਾਡੇ ਜਿਹੜਾ ਮੇਰਾ ਪਿੰਡ ਆ, ਤੇ ਬੜੇ ਛੋਟੇ ਇਹ ਜਿਹੜੀ ਗੁਰਦੁਆਰਿਆਂ ਦੀ ਗੱਲ ਹੈ, ਇਹ ਕੁਝ ਜਗ੍ਹਾ ਵਿੱਚ ਗੁਰਦੁਆਰਿਆਂ ਦਾ ਮਸਲੇ ਬਹੁਤ ਹਨ ਕਿ ਗੁਰਦੁਆਰੇ ਨਹੀਂ ਬਣੇ ਸਾਨੂੰ, ਤੇ ਜਿਹੜੀ ਸਾਡੀ ਕਮਿਊਨਿਟੀ ਵਾਸਤੇ ਕੋਈ, ਮੈਂ ਚਾਹੁੰਦਾ ਕਿ ਗਵਰਨਮੈਂਟ ਦੇ ਪਾਸ ਸਾਨੂੰ ਕੋਈ ਜੋ ਗੁਰਦੁਆਰਾ ਜਾਂ ਇਸ ਤਰ੍ਹਾਂ ਕੋਈ ਕਮਿਊਨਿਟੀ ਸੈਂਟਰ ਸਾਨੂੰ ਮਿਲ ਜਾਵੇ ਜਿੱਥੇ ਅਸੀਂ ਮਿਲ ਬੈਠ ਕੇ ਨਾ ਆਪਣਾ ਸਾਰਾ ਕੁਝ ਕਰ ਸਕੀਆਂ, ਇਹ ਕੋਸ਼ਿਸ਼ ਹੈ ਮੇਰੀ ਕਿ ਮੈਂ ਇਸ ਨੂੰ ਜਾਰੀ ਰੱਖਾਂ ਜੀ। ਕਿਵੇਂ ਤੁਸੀਂ ਦਸਤਾਰ ਸਿਰ 'ਤੇ ਸਜਾਈ ਔਰ ਕਿਵੇਂ ਤੁਹਾਡੇ ਮਨ 'ਚ ਖਿਆਲ ਆਇਆ ਕਿ ਤੁਸੀਂ ਪੱਤਰਕਾਰਤਾ ਕਰਕੇ ਸਿੱਖਾਂ ਦੀ ਆਵਾਜ਼ ਜਿਹੜੀ ਹੈ ਪਾਕਿਸਤਾਨ 'ਚ ਚੁੱਕੋਗੇ? ਮੈਂ ਜਦੋਂ ਇਸ ਫੀਲਡ ਵਿੱਚ ਆਇਆ ਸੀ, ਮੈਂ ਕਾਫੀ ਸਮਾਂ ਮੈਂ ਮਲੇਸ਼ੀਆ ਵਿੱਚ ਵੀ ਸੀ, ਤਾਂ ਉੱਥੇ ਮੈਂ ਕਈ ਸਰਦਾਰ ਸਾਡੇ ਨਾਲ ਜਿਹੜੇ ਮਿਲਦੇ ਸਨ, ਜਦੋਂ ਉਹਨਾਂ ਨੂੰ ਪਤਾ ਚੱਲਦਾ ਸੀ ਕਿ ਮੈਂ ਵੀ ਪੰਜਾਬੀ ਹਾਂ ਅਤੇ ਪਾਕਿਸਤਾਨੀ ਪਾਕਿਸਤਾਨ ਦਾ, ਤਾਂ ਉਹਨਾਂ ਨੂੰ ਥੋੜ੍ਹਾ ਸਾ ਅਜੀਬ ਸਾ ਲੱਗਦਾ ਸੀ ਕਿ ਯਾਰ ਪਾਕਿਸਤਾਨ ਵਿੱਚ ਤੁਸੀਂ ਰਹਿੰਦੇ ਹੋ, ਤੁਹਾਨੂੰ ਕੋਈ ਤਕਲੀਫ ਨਹੀਂ ਆਉਂਦੀ, ਤੁਹਾਨੂੰ ਕੋਈ ਟੈਨਸ਼ਨ ਨਹੀਂ ਆਉਂਦੀ, ਲੋਕ ਤਾਂ ਕਹਿੰਦੇ ਨੇ ਪਾਕਿਸਤਾਨ ਇਹੋ ਇਹੋ ਜਿਹਾ ਪ੍ਰੋਪੇਗੈਂਡਾ ਜਿਹੜਾ ਹੈ ਦੁਨੀਆ ਵਿੱਚ। ਮੈਂ ਉਹਨਾਂ ਨੂੰ ਦੱਸਦਾ ਸੀ ਯਾਰ ਪਾਕਿਸਤਾਨ ਬੜੀ, ਜਿਹੜੇ ਲੋਕ ਹਨ ਸਾਡੇ ਨਾਲ ਬੜੇ, ਜਿਸ ਤਰ੍ਹਾਂ ਨੋਰਮਲੀ ਲਾਈਫ ਹੈ ਸਾੜੀ ਇੱਥੇ ਜਿਹੜੇ ਮੁਸਲਿਮ ਵੀਰਾਂ ਦੀ, ਉਹੀ ਚੀਜ਼ ਸਾੜੀ ਵੀ ਆ, ਤੇ ਮੈਂ ਉਹਨਾਂ ਨੂੰ ਜਦੋਂ ਪਾਕਿਸਤਾਨ ਮੈਂ ਆ ਤੇ ਮੈਂ ਜੁਆਇਨ ਕੀਤਾ ਇਹ ਫੀਲਡ ਜਿਹੜੀ ਮੈਂ ਜੁਆਇਨ ਕੀਤੀ, ਮੇਰੀ ਇੱਕ ਹੀ ਸੋਚ ਸੀ ਕਿ ਮੈਂ ਜਿਹੜੀ ਲੋਕਾਂ ਦੇ ਗਲਤ ਇਮੇਜ ਬਣੀ ਆ ਸਾਡੇ ਮੁਲਕ ਦੇ ਰਾਹੀਂ ਸਾਡੇ ਪਾਕਿਸਤਾਨ ਦੇ ਰਾਹੀਂ, ਤਾਂ ਮੈਂ ਉਸਨੂੰ ਕੋਸ਼ਿਸ਼ ਕਰਕੇ ਮਿਨੋਰਟੀਜ਼ ਦੇ ਹਵਾਲੇ ਮੈਂ ਆ ਕੇ ਸਕਰੀਨ 'ਤੇ ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ, ਤਾਂ ਮੈਂ ਸਟਾਰਟ ਕੀਤਾ ਅਖਬਾਰ ਤੋਂ, ਫਿਰ ਮੈਨੂੰ ਰਿਪੋਰਟਿੰਗ ਵਿੱਚ ਚਾਂਸ ਮਿਲਿਆ ਏ ਟੀ ਵੀ ਦੇ ਰਾਹੀਂ, ਤਾਂ ਏ ਟੀ ਵੀ ਜਦੋਂ ਫਿਰ ਪਬਲਿਕ ਨਿਊਜ਼ ਆਇਆ ਤਾਂ ਮੈਂ ਇਹਨਾਂ ਨੂੰ ਆਖਿਆ ਕਿ ਯਾਰ
ਕਿਉਂ ਨਾ ਆਪਾਂ ਇੱਕ ਦਸਤਾਰ ਦੇ ਜ਼ਰੀਏ ਇੱਕ ਡਿਫਰੈਂਟ ਜਿਹੜੀ ਲੁੱਕ ਹੋਵੇ ਸਾਰੀ, ਤੇ ਮੈਂ ਕਿ ਉਸੇ ਨਾਲ ਮੈਂ ਆਪਣਾ ਜੋ ਜਿਹੜਾ ਮੈਸੇਜ ਹੈ ਮੈਂ ਉਸਨੂੰ ਕਨਵੇ ਕਰਾਂ। ਇਹੀ ਮੇਰਾ ਸਵਾਲ ਹੈ ਕਿ ਜਦੋਂ ਤੁਸੀਂ ਇਹ ਆਈਡੀਆ ਆਪਣੇ ਚੈਨਲ ਦੇ ਅੱਗੇ ਜਾਂ ਤੁਹਾਡੇ ਚੈਨਲ ਵਾਲਿਆਂ ਨੇ ਕਨਸੈਪਟ ਰੱਖਿਆ ਹੋਇਆ ਕਿ ਪਾਕਿਸਤਾਨ 'ਚ ਇੱਕ ਦਸਤਾਰ ਸਜਾ ਕੇ ਇੱਕ ਐਂਕਰ ਉਹਨੂੰ ਬਣਾਇਆ ਜਾਵੇ, ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਇਸ ਫੀਲਡ 'ਚ ਵੀ ਦੇਖਣ ਨੂੰ ਮਿਲਦੀਆਂ ਨੇ, ਇਸ ਜੋ ਆਈਡੀਆ ਇਹ ਆਈਡੀਆ ਜਦੋਂ ਤੁਸੀਂ ਪਹੁੰਚਾਇਆ, ਕੋਈ ਤੁਹਾਨੂੰ ਕਦੀ ਲੱਗਿਆ ਕਿ ਕਿਸੇ ਨੇ ਤੁਹਾਡੇ ਨਾਲ ਕੋਈ ਫਰਕ ਮਹਿਸੂਸ ਕੀਤਾ ਕਿ ਤੁਸੀਂ ਦਸਤਾਰ ਬਣ ਕੇ ਅੱਗੇ ਨਹੀਂ ਆ ਸਕਦੇ, ਜਾਂ ਕਿਸ ਤਰ੍ਹਾਂ ਦਾ ਉਸ ਵੇਲੇ ਬਿਹੇਵੀਅਰ ਕਿਸ ਤਰ੍ਹਾਂ ਦਾ ਸੀਗਾ ਤੁਹਾਡੀ ਆਰਗੇਨਾਈਜੇਸ਼ਨ ਦਾ ਜਾਂ ਕੰਪਨੀਜ਼ ਦਾ? ਸਰ ਜੀ, ਮੈਂ ਮੋਨਾ ਸਰਦਾਰ ਜੀ, ਸਹਿਜਦਾਰੀ ਸਿੱਖ ਹਾਂ ਮੈਂ ਬੇਸਿਕਲੀ, ਤਾਂ ਮੈਂ ਮੇਰੀ ਜਿਹੜੀ ਸ਼ੁਰੂਆਤ ਆ, ਲੇਕਿਨ ਜਦੋਂ ਮੈਂ ਦਸਤਾਰ ਸਜਾਈ ਤਾਂ ਮੈਂ ਕਿਸ ਰੱਖੇ ਨੇ ਨਾ, ਮੈਨੂੰ ਕੁਛ ਮੇਰੇ ਮਨ ਨੂੰ ਜੋ ਜਿਹੜੀ ਖੁਸ਼ੀ ਹੈ ਮੈਂ ਬਿਆਨ ਨਹੀਂ ਕਰ ਸਕਦਾ। ਦੂਜੀ ਗੱਲ ਹੈ ਪਾਕਿਸਤਾਨ ਦੇ ਲੋਕਾਂ ਦੀ ਜਿਹੜੀ ਰੈਸਪੈਕਟ ਸਰਦਾਰਾਂ ਦੀ ਇੱਥੇ ਆ, ਤੁਹਾਨੂੰ ਯਕੀਨ ਨਹੀਂ ਆਊਗਾ, ਤੁਹਾਡੀ ਜਿੰਨੀਆਂ ਪੰਜਾਬੀ ਮੂਵੀਆਂ ਜਾਂ ਪੰਜਾਬੀ ਸਰਦਾਰ ਜਿੱਥੇ ਸਰਦਾਰ ਉੱਥੇ ਨਨਕਾਣਾ ਸਾਹਿਬ ਆਉਂਦੇ ਨੇ, ਤੇ ਉਹਨਾਂ ਕੋਲ ਕਦੇ ਪੁੱਛੋ ਇੱਥੇ ਤੁਹਾਡੀ ਉਹ ਕਿਸ ਤਰ੍ਹਾਂ ਸਵਾਗਤ ਆਉਂਦੀ ਹੈ ਉਹਨਾਂ ਦੀ। ਲੇਕਿਨ ਜਦੋਂ ਮੈਂ ਦਸਤਾਰ ਸਜਾਈ ਤੇ ਮੈਨੂੰ ਬਹੁਤ ਡਿਫਰੈਂਟ ਲੱਗਿਆ ਯਾਰ, ਮੈਂ ਆਖਿਆ ਕਿ ਮੈਂ ਅੱਜ ਤੋਂ ਵੀ ਜਦੋਂ ਮੇਰੀ ਪੈਦਾਇਸ਼ ਹੋਈ ਮਿਹਨਤ ਮੇਰੇ ਮਾਂ ਪਿਓ ਨੇ ਮੈਨੂੰ ਸਿੰਘ ਕਿਉਂ ਨਹੀਂ ਸਜਾਇਆ, ਇੰਨੀ ਖੁਸ਼ੀ ਮੈਨੂੰ ਮਿਲੀ। ਅੱਜ ਮੇਰਾ ਮੈਨੂੰ ਫਖਰ ਮਹਿਸੂਸ ਹੁੰਦਾ ਕਿ ਮੈਂ ਅੱਜ ਜਿਹੜੀ ਦਸਤਾਰ ਨੇ ਮੈਨੂੰ ਰਿਸਪੈਕਟ ਬਖਸ਼ੀ, ਤੇ ਪੂਰੇ ਪਾਕਿਸਤਾਨ ਵਿੱਚ ਪਰਸੋਂ ਸਾਡੇ ਕਿੱਥੇ ਮੈਂ ਚੱਲਿਆ ਸੀ ਕਿ ਇਵੈਂਟ ਸੀ ਸਾਡਾ, ਤੇ ਯਕੀਨ ਮੰਨੋ ਉੱਥੇ ਵੱਡੇ ਵੱਡੇ ਐਂਕਰ ਪਹੁੰਚੇ ਸਨ, ਪਰ ਜਿਹੜੇ ਲੋਕਾਂ ਨੇ ਮੈਨੂੰ ਰਿਸਪੈਕਟ ਦਿੱਤੇ, ਜਿਹਨਾਂ ਪਿਆਰ ਦਿੱਤਾ, ਮੈਂ ਸੋਚਿਆ ਇਹ ਮੇਰੀ ਰਿਸਪੈਕਟ ਨਹੀਂ, ਇਹ ਦਸਤਾਰ ਦੀ ਰਿਸਪੈਕਟ ਹੈ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੀ ਕੁਰਬਾਨੀਆਂ ਤੋਂ ਇਹ ਦਸਤਾਰ ਸਾਨੂੰ ਮਿਲੀ ਹੈ ਸਾਡੀ ਸਿੱਖ ਕੌਮ ਨੂੰ, ਤਾਂ ਜਿਹੜੀ ਰਿਸਪੈਕਟ ਮੈਂ ਵੇਖੀ ਹੈ ਪਾਕਿਸਤਾਨ ਵਿੱਚ, ਸ਼ਾਇਦ ਮੈਂ ਦੁਨੀਆ ਵਿੱਚ ਦੁਨੀਆ ਦੋ ਤਿੰਨ ਕੰਟਰੀ ਮੈਂ ਗਈਆਂ, ਲੇਕਿਨ ਮੈਨੂੰ ਜਿਹੜੀ ਰਿਸਪੈਕਟ ਇੱਥੇ ਮਿਲਦੀ ਹੈ ਜਦੋਂ ਮੈਂ ਫੀਲਡ ਵਿੱਚ ਜਾਣਾ, ਪਾਰਲੀਮੈਂਟ ਵੀ ਮੈਂ ਕਵਰ ਕੀਤਾ, ਸੁਪਰੀਮ ਕੋਰਟ ਵੀ ਮੈਂ ਜਾਂਦਾ ਰਿਹਾ, ਤਾਂ ਬਹੁਤ ਮਾਣ ਆਉਂਦਾ ਆਪਣੀ ਸਿੱਖੀ 'ਤੇ ਅਤੇ ਆਪਣੀ ਦਸਤਾਰ 'ਤੇ। ਜੀ, ਮੈਂ ਪਹਿਲੇ ਵੀ ਦੱਸਿਆ ਸੀ ਕਿ ਜੰਗਾਂ ਤੋਂ ਕੁਛ ਨਹੀਂ ਬਣਨ ਵਾਲਾ ਸਾਡਾ, ਅਗਰ ਸਾਨੂੰ ਆਪਣੇ ਮੁਲਕ ਵਿੱਚ ਖੁਸ਼ਹਾਲੀ ਲਾਉਣੀ ਹੈ, ਤੁਹਾਡੇ ਮੁਲਕ ਵਿੱਚ ਤੁਸੀਂ ਆਪਣੀ ਆਵਾਮ ਨੂੰ ਖੁਸ਼ਹਾਲ ਬਣਾਉਣਾ, ਤਾਂ ਉਹ ਇੱਕ ਹੀ ਗੱਲ ਹੈ ਕਿ ਆਪਾਂ ਮਿੱਠ ਪਿਆਰ ਦੇ ਨਾਲ ਬੈਠ ਕੇ ਨਾ ਇਹਨਾਂ ਇਹਨਾਂ ਚੀਜ਼ਾਂ ਦੇ ਮਸਾਇਲ ਜਿਹੜੇ ਨਾ ਉਹਨਾਂ ਦਾ ਹੱਲ ਨਿਕਾਲੀਏ। ਇਹ ਨਹੀਂ ਕਿ ਜੰਗਾਂ ਤੋਂ ਅੱਜ ਤੱਕ ਕਿਸੇ ਨੇ ਕੁਛ ਲੱਭਿਆ ਹੀ ਨਹੀਂ, ਕੀ ਲੱਭਿਆ? ਤੁਸੀਂ ਵੇਖੋ ਤਾਰੀਖ ਸਾਡੇ ਸਾਹਮਣੇ ਆ, ਜਿੱਥੇ ਵੀ ਝਗੜੇ ਹੋਏ, ਲੜਾਈਆਂ ਹੋਈਆਂ, ਇਹਨੂੰ ਕੀ ਮਿਲਿਆ? ਮੈਂ ਤਾਂ ਚੱਲਦਾ ਵੀ ਦੋਨੋਂ ਮੁਲਕਾਂ ਵਿੱਚ ਦੋਸਤੀ ਰਹੇ, ਸਾਡਾ ਕਾਰੋਬਾਰ ਜਿਹੜਾ ਟ੍ਰੇਡ ਹੈ ਸਾਡਾ ਉੱਥੇ ਦੋਨਾਂ ਮਿਲ ਕੇ ਕਰਨ, ਤਾਂ ਖੁਸ਼ਹਾਲੀ ਅੱਜ ਅਸੀਂ ਇਸ ਦੋਨਾਂ ਕੰਟਰੀਆਂ ਵਿੱਚ, ਸਾਡੀ ਕੋਸ਼ਿਸ਼ ਇਹ ਹੈ ਕਿ ਬਈ ਸਾਡਾ ਪੈਗਾਮ ਹੀ ਹੈ ਕਿ ਬਈ ਅਮਨ ਹੀ ਰਹੇ ਦੋਨੋਂ ਕੰਟਰੀਆਂ। ਜੀ ਹਰਮੀਤ ਸਿੰਘ ਜੀ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਜੋ ਤੁਹਾਡਾ ਪੈਗਾਮ ਹੈ ਉਹ ਦੁਨੀਆ ਭਰ 'ਚ ਜਾਵੇ, ਭਾਰਤ ਦੇ ਲੋਕ ਵੀ ਸੁਣਨ, ਪਾਕਿਸਤਾਨ ਦੇ ਲੋਕਾਂ 'ਚ ਵੀ ਰਹੇ, ਕਿ ਦੋਵੇਂ ਮੁਲਕਾਂ 'ਚ ਜਿਹੜੀ ਹੈ ਸ਼ਾਂਤੀ ਬਣੀ ਰਹੇ ਔਰ ਲੋਕਾਂ ਦਾ ਨੁਕਸਾਨ ਨਾ ਹੋਵੇ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਆਪਕਾ, ਥੈਂਕ ਯੂ ਸੋ ਮਚ। ਇਹ ਸਨ ਹਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਤੁਹਾਨੂੰ ਕਿ ਕਿਵੇਂ ਉਹਨਾਂ ਨੂੰ ਜਰਨਲਿਜ਼ਮ 'ਚ ਅੱਗੇ ਆਉਣ ਦਾ ਮੌਕਾ ਮਿਲਿਆ, ਔਰ ਮੌਕਾ ਜਦੋਂ ਉਹਨਾਂ ਨੇ ਸਿਰ 'ਤੇ ਦਸਤਾਰ ਸਜਾਈ ਤਾਂ ਉਹਨਾਂ ਨੂੰ ਜਿਹੜਾ ਮਾਣ ਸਨਮਾਨ ਉਹ ਅਲੱਗ ਹੀ ਤਰ੍ਹਾਂ ਦਾ ਮਿਲ ਰਿਹਾ ਹੈ। ਜਿੱਥੇ ਵੀ ਉਹ ਜਾ ਰਹੇ ਨੇ ਉਹਨਾਂ ਨੂੰ ਇੱਕ ਅਲੱਗ ਪਹਿਚਾਣ ਜਿਹੜੀ ਹੈ ਦਸਤਾਰ ਕਰਕੇ ਮਿਲ ਰਹੀ, ਔਰ ਉਮੀਦ ਕਰ ਰਹੇ ਨੇ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਇੱਕ ਅਮਨ ਦਾ ਪੈਗਾਮ ਜਿਹੜਾ ਹੈ ਉਹ ਇਹਨਾਂ ਦੀ ਜਰਨਲਿਜ਼ਮ, ਇਹਨਾਂ ਦੀ ਪੱਤਰਕਾਰਤਾ ਦੇ ਥਰੂ ਦੁਨੀਆ ਭਰ 'ਚ ਜਾਵੇਗਾ। ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਜਲੰਧਰ।